सतनाम श्री वाहे गुरु, सतनाम श्री वाहे गुरु, सतनाम श्री वाहे गुरु, सतनाम श्री वाहे गुरु। वाहे गुरु तन वाहे गुरु, वाहे गुरु तन वाहे गुरु, वाहे गुरु तन। ਕੱਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਅੱਜ ਇੱਥੇ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਸੀ। ਜਿਵੇਂ ਤੁਹਾਨੂੰ ਪਹਿਲਾਂ ਹੀ ਸਾਰਿਆਂ ਨੂੰ, ਤੁਸੀਂ ਮੇਰੇ ਭਰਾ ਆਏ ਹੋ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਮੈਂ ਜਦੋਂ ਵੀ ਇੰਡੀਆ ਆਉਂਦਾ ਤਾਂ ਮੈਂ ਮੱਥਾ ਟੇਕਣ ਜ਼ਰੂਰ ਆਉਂਦਾ। ਸਾਨੂੰ ਇੱਥੇ ਆਰਟਿਸਟਾਂ ਨੂੰ ਸਿਰਫ ਇਸੇ ਕਰਕੇ ਨਹੀਂ ਆਉਣਾ ਚਾਹੀਦਾ ਕਿ ਅਸੀਂ ਕੋਈ ਫਿਲਮ ਰਿਲੀਜ਼ ਕੀਤੀ ਆ ਜਾਂ ਅਸੀਂ ਇੱਥੇ ਕੋਈ ਗਾਣਾ ਨਵਾਂ ਰਿਲੀਜ਼ ਕੀਤਾ ਤਾਂ ਹੀ ਆਉਣਾ, ਵੈਸੇ ਵੀ ਆਉਣਾ ਚਾਹੀਦਾ। ਸੋ ਉੱਦਾਂ ਵੀ ਆਉਂਦੇ ਰਹਿੰਦੇ ਹਾਂ ਅਤੇ ਹੁਣ ਸਬੱਬੀ ਕਿਉਂਕਿ ਅਸੀਂ ਲਾਸਟ ਵੀਕ ਗਾਣਾ ਰਿਲੀਜ਼ ਕੀਤਾ ਨਵਾਂ ਅਤੇ ਉਹ ਰਿਲੀਜ਼ ਕੀਤਾ ਅਤੇ ਤਾਂ ਹੁਣ ਫਿਰ ਆਏ ਸੀ ਵੀ ਚਲੋ ਮੱਥਾ ਫੇਰ ਟੇਕ ਕੇ ਆਉਂਦੇ ਹਾਂ, ਮਹਾਰਾਜ ਦਾ ਓਟ ਆਸਰਾ ਲੈ ਕੇ ਆਉਂਦੇ ਹਾਂ। ਸੋ ਮੈਂ ਅੱਜ ਇੱਥੇ ਆਣ ਕੇ ਬਹੁਤ ਭਾਗਾਂ ਵਾਲਾ ਮਹਿਸੂਸ ਕਰਦਾ ਔਰ ਜਦੋਂ ਵੀ ਆਉਂਦੇ ਹਾਂ ਅਤੇ ਬਹੁਤ ਚੰਗਾ ਲੱਗਦਾ ਅਤੇ ਸਾਰੇ ਤੁਸੀਂ ਪਿਆਰ ਦਿੰਦੇ। ਬਹੁਤ ਹੀ ਜ਼ਿਆਦਾ ਵਧੀਆ ਜੀ, ਇੱਥੇ ਆਣ ਕੇ ਤਾਂ ਮੈਂ ਸਮਝਦਾ ਵੀ ਕੋਈ ਵੀ ਜਿਹੜਾ ਤੁਸੀਂ ਪੰਜਾਬ ਜਾਂ ਪੰਜਾਬ ਤੋਂ ਬਾਹਰ ਰਹਿੰਦੇ ਆ ਜਾਂ ਜਿਹੜੇ ਸਾਡੇ NRIs ਨੇ ਉਹਨਾਂ ਦੀ ਇੱਕ ਬਹੁਤ ਹੀ ਵਿਸ਼ ਹੁੰਦੀ ਹੈ, ਇੱਕ ਅਰਦਾਸ ਹੁੰਦੀ ਹੈ ਕਿ ਸੱਚੇ ਪਾਤਸ਼ਾਹ ਕਦੋਂ ਇੰਡੀਆ ਜਾਵਾਂਗੇ, ਕਦੋਂ ਸਾਨੂੰ ਦਰਬਾਰ ਸਾਹਿਬ ਦੇ ਮੱਥਾ ਟੇਕਣ ਦਾ ਨਾ ਹੁਕਮ ਹੋਊਗਾ। ਸੋ ਉਹ ਮੈਂ ਸਮਝਦਾ ਉਹਨੇ ਕਿ ਚਲੋ ਸਾਡਾ ਕਿਉਂਕਿ ਕਲਾਕਾਰੀ ਦਾ ਕੰਮ ਅਸੀਂ ਛੇਤੀ ਆਉਂਦੇ ਹਾਂ ਅਤੇ ਜਦੋਂ ਵੀ ਜਦੋਂ ਆਉਂਦੇ ਹਾਂ ਅਤੇ ਇੱਥੇ ਆਣ ਕੇ ਜੋ ਰੂਹ ਨੂੰ ਸਕੂਨ ਮਿਲਦੀ ਹੈ, ਮੈਂ ਸਮਝਦਾ ਇਸ ਦਰ ਤੋਂ ਉੱਪਰ ਕੋਈ ਹੋ ਹੀ ਨਹੀਂ ਸਕਦਾ। ਇੱਥੇ ਆਣ ਕੇ ਮੈਂ ਅੱਗੇ ਵੀ ਕਹਿੰਦਾ ਹੁੰਦਾ ਜੇ ਜਿਉਂਦੇ ਜੀ ਕਿਸੇ ਨੇ ਸਵਰਗ ਦੇਖਣਾ ਨਾ ਜਿਉਂਦੇ ਜੀ, ਬਾਅਦ 'ਚ ਤਾਂ ਕਹਿੰਦੇ ਜੀ ਉਹ ਸਵਰਗਾਂ ਨੂੰ ਜਾਵੇ ਅਤੇ ਸਵਰਗ ਦੇਖੋ, ਸਵਰਗ ਦੇਖਿਆ ਤਾਂ ਕਿਤੇ ਹੈ ਨਹੀਂ। ਜੇ ਕਿਸੇ ਨੇ ਜਿਉਂਦੇ ਜੀ ਸਵਰਗ ਦੇਖਣਾ ਤਾਂ ਇੱਥੇ ਆਣ ਕੇ ਦਰਬਾਰ ਸਾਹਿਬ ਆਣ ਕੇ ਦੇਖਦਾ। ਮੈਂ ਇੱਥੇ ਗਾਣਾ ਵੀ ਲਿਖੂੰਗਾ ਕਿਉਂਕਿ ਮੇਰੇ ਕਈ ਵਾਰੀ ਤਮੰਨਾ ਨਹੀਂ ਆਇਆ ਕਿ ਇੱਦਾਂ ਦਰਬਾਰ ਸਾਹਿਬ 'ਤੇ ਕੋਈ ਗਾਣਾ ਹੋਣਾ ਚਾਹੀਦਾ ਕਿ ਵਾਕਈ ਇੱਥੇ ਆਣ ਕੇ ਤੁਹਾਨੂੰ ਦੁਨੀਆਦਾਰੀ ਭੁੱਲ ਜਾਂਦੀ ਹੈ। ਤੁਸੀਂ ਐਂ ਲੱਗਦਾ ਕਿ ਬਸ ਇੱਥੋਂ ਜਦੋਂ ਤੁਸੀਂ ਮੈਂ ਸਮਝਦਾ ਜਦੋਂ ਤੁਸੀਂ ਪੈਰ ਧੋ ਲੈਂਦੇ ਨਾ, ਜਦੋਂ ਆਪਣੇ ਪੈਰ ਵਾਸ਼ ਕਰਦੇ ਅੰਦਰ ਨੂੰ ਜਾਂਦੇ ਆ, ਬਸ ਉਸ ਤੋਂ ਬਾਅਦ ਮੈਂ ਤਾਂ ਆਪਣੇ ਆਪ ਨੂੰ ਭੁੱਲ ਜਾਂਦਾ ਕਿ ਕਿਹਨੂੰ ਟਾਈਮ ਦਿੱਤਾ ਸੀ ਜਾਂ ਕਿੱਥੇ ਜਾਣਾ ਸੀ ਜਾਂ ਕੀ ਆ, ਕਿਉਂਕਿ ਇੱਥੇ ਜਦੋਂ ਵੀ ਕੋਈ ਬੰਦਾ ਆਉਂਦਾ ਬੜੀ ਸ਼ਾਂਤੀ ਨਾਲ ਅਤੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਆਉਣਾ ਚਾਹੀਦਾ, ਫਿਰ ਕਾਹਲੀ ਨਾ ਕਰਿਆ ਕਰੋ। ਤਾਂ ਜੀ ਬਿਲਕੁਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਪੰਜਾਬੀ ਸਿੰਗਰ ਮਲਕੀਤ ਸਿੰਘ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਨੇ ਅਤੇ ਖਾਸ ਤੌਰ ਦੇ ਉੱਤੇ ਜੋ ਆਪਣੇ ਨਵੇਂ ਗੀਤ ਨੂੰ ਲੈ ਕੇ ਅਤੇ ਨਾਲ ਆਉਣ ਵਾਲੀ ਨਵੀਂ ਫਿਲਮ ਨੂੰ ਲੈ ਕੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਨੇ ਤਾਂ ਅਰਦਾਸ ਬੇਨਤੀ ਕਰਨ ਵਾਸਤੇ ਪਹੁੰਚੇ ਨੇ ਕਿ ਜੋ ਉਹਨਾਂ ਦਾ ਗੀਤ ਹੈ ਫਿਲਮ ਜੋ ਹੈ ਸੁਪਰ ਹਿੱਟ ਜਾਵੇ ਉਸ ਦੇ ਵਾਸਤੇ ਜੋ ਅੱਜ ਚੜ੍ਹਦੀ ਕਲਾ ਵਾਸਤੇ ਫਿਲਮ ਦੀ ਚੜ੍ਹਦੀ ਕਲਾ ਵਾਸਤੇ ਅਤੇ ਗੀਤ ਦੀ ਚੜ੍ਹਦੀ ਕਲਾ ਵਾਸਤੇ ਅੱਜ ਇੱਥੇ ਖਾਸ ਤੌਰ ਦੇ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਸਾਹਿਬ ਜੀ ਦੇ ਆਸ਼ੀਰਵਾਦ ਲੈਣ ਵਾਸਤੇ ਪਹੁੰਚੇ ਨੇ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੈ ਸੁਨਕ, ਜਗਬਾਣੀ TV, ਅੰਮ੍ਰਿਤਸਰ।